ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਬੰਸ ਸਿੰਘ ਬਾਂਸਾ ਜੀ, ਮੈਂ ਪਰਮੀਤ ਪੰਮੇ ਦਾ ਬ੍ਰਦਰ ਹਾਂ ਜੀ। ਮਤਲਬ ਧਰਨੇ ਤਾਂ ਇਸ ਤੋਂ ਪਹਿਲਾਂ ਅਸੀਂ ਬਹੁਤ ਦੇ ਤੇ, ਜਦੋਂ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੀ, ਉਸ ਤੋਂ ਲੈ ਕੇ ਅਸੀਂ ਆਪਦਾ ਪ੍ਰਲਾਪ ਕਰ ਰਹੇ ਹਾਂ, ਕੋਈ ਸਾਡੀ ਸੁਣ ਨਹੀਂ ਰਿਹਾ। ਹੁਣ ਪ੍ਰਸ਼ਾਸਨ ਨੇ ਜਿਹੜਾ ਸਾਡੇ ਸੇਵਾ ਸਿੰਘ ਦੀ ਬਰਸੀ ਲੱਗਦੀ ਹੁੰਦੀ ਹੈ ਜੀ, ਉੱਥੇ CM ਸਾਹਿਬ ਨੇ ਕੱਲ੍ਹ ਨੂੰ ਆਉਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਹੈ, ਅਤੇ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਵਾਇਆ ਜੀ ਕਿ ਹਫ਼ਤੇ ਦੋ ਹਫ਼ਤਿਆਂ ਦੇ ਵਿੱਚ ਅਸੀਂ ਇਹਦਾ ਕੋਈ ਹੱਲ ਕੱਢਾਂਗੇ। ਆਮ ਜਨਤਾ ਦਾ ਜਿਵੇਂ ਸਾਡੇ ਸਾਰੇ ਜਿੰਨੇ ਵੀ ਆਏ ਨੇ ਸਾਡੇ ਨਾਲ ਸਹਿਯੋਗ ਦੇਣ, ਉਹਨਾਂ ਦੇ ਮੱਦੇ ਅਤੇ ਆਪਦੇ ਅਸੀਂ ਧਿਆਨ ਰੱਖਦੇ ਹੋਏ ਇਹ ਥੋੜ੍ਹੇ ਜਿਹੇ ਕੁਛ ਟਾਈਮ ਲਈ ਕੁਛ ਦਿਨ ਖਾਤਰ ਇਹ ਧਰਨਾ ਮੁਲਤਵੀ ਕਰਦੇ ਹਾਂ, ਪਰ ਜੇ ਉਸ ਤੋਂ ਬਾਅਦ ਕੋਈ ਪ੍ਰੋਗਰਾਮ ਇਹ ਸਾਡਾ ਕੋਈ ਨਹੀਂ ਲਾਉਂਦੇ ਪ੍ਰਸ਼ਾਸਨ, ਉਸ ਤੋਂ ਬਾਅਦ ਅਸੀਂ ਵੱਡੇ ਸੰਘਰਸ਼ ਦੀ ਲੀਕ ਨਾ ਕਰਾਂਗੇ ਜੀ। ਵੀਰ ਜੀ, ਕਬੱਡੀ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਕਬੱਡੀ ਖਿਡਾਰੀਆਂ ਦਾ ਇਨਕਾਊਂਟਰ ਪੁਲਿਸ ਦੁਆਰਾ ਕਰਿਆ ਗਿਆ, ਝੂਠੇ ਪਰਚੇ ਪਾਏ ਗਏ, ਤਸ਼ੱਦਦ ਕੀਤਾ ਗਿਆ, ਪੁਲਿਸ ਨੇ ਨਹੁੰ ਖਿੱਚੇ ਗਏ, ਠੀਕ ਹੈ, ਪਾਣੀ ਦੇ ਵਿੱਚ ਮੂੰਹ ਦਬੋ ਕੇ ਤਸ਼ੱਦਦ ਕੀਤਾ ਗਿਆ। ਇਸ ਸਾਰੇ ਕਾਸੇ ਦੇ ਖਿਲਾਫ਼ ਅਸੀਂ ਪਿਛਲੇ ਲਗਾਤਾਰ 2 ਮਹੀਨਿਆਂ ਤੋਂ ਸੰਘਰਸ਼ ਦੇ ਰਾਹ 'ਤੇ ਪਏ ਹੋਏ ਹਾਂ। ਬਰਨਾਲੇ ਦੇ ਵਿੱਚ SSP ਦਫ਼ਤਰ, DC ਦਫ਼ਤਰ, ਹੈੱਡਕੁਆਟਰਾਂ ਦੇ ਉੱਤੇ ਅਸੀਂ ਐਜੀਟੇਸ਼ਨਾਂ ਕਰ ਚੁੱਕੇ ਹਾਂ। 27 ਸਤੰਬਰ ਨੂੰ, 8 ਸਤੰਬਰ ਨੂੰ DC ਨੂੰ, 28 ਤਰੀਕ ਨੂੰ, 8 ਤਰੀਕ ਨੂੰ DC ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ, ਪਰ ਸਾਡੀ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ। ਪ੍ਰਸ਼ਾਸਨ ਦੇ ਕੰਨ 'ਤੇ ਜੂ ਨਹੀਂ ਸਰ। ਜਿਉਂ ਹੀ ਅਸੀਂ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ 15 ਤਰੀਕ ਤੋਂ ਲਗਾਤਾਰ ਧਰਨੇ ਦੇ ਉੱਤੇ ਬੈਠੇ ਹਾਂ, ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਵੀ ਹੈ ਕਿ ਪ੍ਰਸ਼ਾਸਨ ਲਗਾਤਾਰ ਗੇੜੇ ਮਾਰ ਰਿਹਾ ਗਾ, ਕਿਉਂਕਿ ਇੱਥੇ CM ਭਗਵੰਤ ਮਾਨ ਸਾਹਿਬ 19 ਤਰੀਕ ਨੂੰ ਆ ਰਹੇ ਨੇ, ਤਾਂ ਕਰਕੇ ਪ੍ਰਸ਼ਾਸਨ ਲਗਾਤਾਰ ਸਾਡੀ ਸੰਘਰਸ਼ ਕਮੇਟੀ ਦੇ ਨਾਲ ਰਾਬਤਾ ਕਰਕੇ, ਸੰਪਰਕ ਕਰਕੇ ਇਨਸਾਫ਼ ਦੀ ਜਿਹੜੀ ਗੁਹਾਰ ਹੈ ਉਹ ਲਾ ਰਿਹਾ। ਪਰ ਅਸੀਂ ਜੇਕਰ ਪ੍ਰਸ਼ਾਸਨ ਲਿਖਤੀ ਰੂਪ ਦੇ ਵਿੱਚ ਸਟੇਜ ਦੇ ਉੱਤੇ ਕੋਈ ਸਾਨੂੰ ਐਗਰੀ ਕਰਦਾ ਗਾ, ਰਿਟਰਨ ਦੇ ਵਿੱਚ ਸਾਡੇ ਕੋਲ ਕੋਈ ਪ੍ਰੂਫ ਆਉਂਦਾ ਗਾ, ਤਾਂ ਅਸੀਂ ਪ੍ਰਸ਼ਾਸਨ 'ਤੇ ਯਕੀਨ ਕਰ ਸਕਦੇ ਹਾਂ ਕਿ 2 ਹਫ਼ਤਿਆਂ ਦਾ ਜਿਹੜਾ ਟਾਈਮ ਆ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ, ਸਾਡੀ ਕਮੇਟੀ ਦੇ ਵਿੱਚ ਫੈਸਲਾ ਹੋਇਆ ਗਾ। ਜੇਕਰ ਫਿਰ ਵੀ ਕਿਸੇ ਤਰ੍ਹਾਂ ਦਾ ਇਨਸਾਫ਼ ਸਾਨੂੰ ਨਹੀਂ ਮਿਲਦਾ, ਫਿਰ ਅਸੀਂ ਸੰਘਰਸ਼ਾਂ 'ਤੇ ਰਾਹ ਪਾਵਾਂਗੇ, ਝੰਡੇ 'ਚ ਡੰਡਾ ਪਾਵਾਂਗੇ। ਦੇਖੋ ਜੀ, 15 ਤਰੀਕ ਤੋਂ ਇਹ ਧਰਨਾ ਚੱਲ ਰਿਹਾ, ਅਤੇ ਪ੍ਰਸ਼ਾਸਨ ਕੱਲ੍ਹ ਤੋਂ ਕੋਸ਼ਿਸ਼ ਕਰ ਰਿਹਾ ਸੀਗਾ ਕੰਟੈਕਟ ਕਰਨ ਦੀ, ਅੱਜ ਵੀ ਆਏ ਆ, 1 SP ਸਾਹਿਬ ਆਏ ਆ, 2 DSP ਆਏ ਆ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਕੁਛ ਤੱਥ ਨੇੜੇ ਹੈਗੇ ਆ ਨਵੇਂ, ਜਿਹੜੇ ਪਿੱਛੇ ਕਾਫੀ 1 ਮਹੀਨੇ ਤੋਂ ਲੱਗੇ ਹੋਏ ਆ ਤੁਹਾਡੇ ਵੀ ਧਿਆਨ 'ਚ, ਸਾਰੇ ਪ੍ਰੈਸ ਦੇ ਉਹਨਾਂ ਦੇ ਧਿਆਨ 'ਚ ਤਾਂ ਹੈਗੇ ਸੀ, ਚਲੋ ਕਿਸੇ ਨੇ ਜਗਾਇਆ ਨਹੀਂ ਸੀ ਆਪਾਂ ਇਹ ਕਹਿ ਸਕਦੇ ਹਾਂ, ਤਾਂ ਜਾਗ ਆਈ ਲੱਗਦੀ ਹੈ ਪ੍ਰਸ਼ਾਸਨ ਨੂੰ, ਮੈਂ ਲੱਗਦੀ ਕਹੂੰਗਾ, ਆ ਗਈ ਤਾਂ ਲੱਗਣ 'ਚ ਬਹੁਤ ਫਰਕ ਹੁੰਦਾ। ਅਤੇ ਜੇ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਥੋੜ੍ਹਾ ਟਾਈਮ ਦਿਓ, ਅਸੀਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਨਸਾਫ਼ ਹੈ ਜਿਹੜਾ ਦੇਵਾਂਗੇ। ਇਨਸਾਫ਼ ਦਾ ਮਤਲਬ ਇਹੀ ਹੈ ਕਿ ਜਿਹੜੇ ਬੇਗੁਨਾਹ ਹੈਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਅਤੇ ਜਿਹੜੇ ਦੋਸ਼ੀ ਉਹਨਾਂ ਨੂੰ ਅੰਦਰ ਭੇਜਿਆ ਜਾਵੇ। ਉਹਦੇ ਵਾਸਤੇ SP ਸਾਹਿਬ ਹੁਣੇ ਥੋੜ੍ਹੀ ਦੇਰ ਬਾਅਦ ਇੱਥੇ ਬੋਲਣਗੇ। 2 ਹਫ਼ਤੇ ਦਾ ਟਾਈਮ ਉਹਨਾਂ ਨੇ ਮੰਗਿਆ ਪ੍ਰਸ਼ਾਸਨ ਨੇ ਕਿ 2 ਹਫ਼ਤੇ ਦੇ ਵਿੱਚ ਅਸੀਂ ਜਿਹੜੇ ਤੁਹਾਡੇ ਦੋਸ਼ੀ ਜਿਹੜੇ ਗਲਤ ਅਸੀਂ ਕਰ ਚਲਾਣ ਕਰ ਚੁੱਕੇ ਹਾਂ ਜਾਂ ਜਿਹੜਾ ਵੀ ਇਹਦਾ ਹੱਲ ਬਣਦਾ ਉਹ ਕੱਢ ਕੇ ਜਿਹੜਾ ਹੈਗਾ ਇਨਸਾਫ਼ ਲੋਕਾਂ ਨੂੰ ਦਿੱਤਾ ਜਾਊਗਾ। ਜੇ 1 ਤਰੀਕ ਬਣਦੀ ਹੈ 2 ਹਫ਼ਤੇ ਲਾਈਏ ਤਾਂ, ਅਤੇ ਅਸੀਂ ਅੱਜ ਇਸ ਤੋਂ ਬਾਅਦ ਇੱਥੇ ਅਨਾਊਂਸ ਕਰਾਂਗੇ 2 ਤਰੀਕ ਵਾਸਤੇ। ਜੇ 1 ਤਰੀਕ ਦੇ ਤੱਕ ਜੇ ਕੋਈ ਹੱਲ ਨਹੀਂ ਕੱਢਦੇ ਇਹ ਜਿਹੜਾ ਕਿ ਆਮ ਪਬਲਿਕ ਆਮ ਲੋਕ ਜਿਹੜੇ ਹੈਗੇ ਆ ਜਿਹੜਾ ਮੰਗ ਰਹੇ ਇਨਸਾਫ਼ ਉਹਦੇ ਬਾਰੇ, ਤਾਂ 2 ਤਰੀਕ ਨੂੰ ਅਸੀਂ ਅੱਜ ਵੀ ਜਿਹੜੇ ਇੱਕ ਅਗਲੇ ਧਰਨੇ ਵਾਸਤੇ ਡੇਟ ਦੇਵਾਂਗੇ। ਜੇ ਇਹ ਹੱਲ ਕਰ ਦੇਣਗੇ ਤਾਂ ਅਸੀਂ ਇਹਨਾਂ ਦੇ ਧੰਨਵਾਦੀ ਹੋਵਾਂਗੇ। ਚੰਨੀ ਦਾੜੀ ਅਗਲੀ ਰੂਪਰੇਖਾ ਜਿਹੜੀ ਹੈਗੀ ਹੈ 2 ਫਰਵਰੀ ਨੂੰ, ਉਸ ਤੋਂ ਅਗਲੀ ਜਿਹੜੀ ਲਿਖੀ ਜਾਊਗੀ। ਮੈਂ ਇੱਥੇ ਧਰਨੇ ਵਾਸਤੇ ਆਇਆ ਸੀਗਾ, ਇਹਨਾਂ ਨੇ ਕੋਈ ਤੱਥ ਅੱਗੇ ਕੁਛ ਲਿਆਉਂਦੇ ਨੇ,
ਨਵੇਂ ਤੱਥ ਉਹਨਾਂ ਨੂੰ ਘੋਖ ਕੇ ਫਿਰ ਉਹਦੇ ਮੁਤਾਬਕ ਇਨਕੁਆਇਰੀ ਕਰਕੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਇਨਸਾਫ ਦੇਣ ਦੀ। ਨਹੀਂ ਚੱਕ ਲੈਣਗੇ ਤੁਹਾਨੂੰ ਚੱਕ ਲੈਣਗੇ।